ਜਿਹੜੀ ਤੁਸੀਂ ਕਿਹਾ ਮੈਂ ਦੇਖੀ ਆ, ਜੇ ਮੈਂ ਪਹਿਲਾਂ ਆਉਂਦਾ ਜੇ ਆਜਾ ਕਰਨਾ ਆਉਂਦਾ ਪਹਿਲਾਂ ਹੀ ਕਰ ਲੈਂਦੇ ਸਰ, ਫੋਨ ਕਰ ਲਿਆ ਤੈਨੂੰ ਗੁੰਡਾ ਕਰਦੀ ਗੋਲੀਆਂ ਚੱਲ ਰਹੀਆਂ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰੇ ਲਗਾਉਂਦੇ ਇਹ ਨੌਜਵਾਨ ਕੋਈ ਅਕਾਲੀ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ, ਸਗੋਂ ਸੱਤਾਧਾਰੀ ਯੂਥ ਕਾਂਗਰਸ ਦੇ ਨੁਮਾਇੰਦੇ ਨੇ, ਜਿਹੜੇ ਇੱਥੇ ਤਾਂ ਆਏ ਸੀ ਯੂਥ ਕਾਂਗਰਸ ਦੀ ਚੱਲ ਰਹੀ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ, ਪਰ ਹਾਲਾਤ ਅਜਿਹੇ ਪੈਦਾ ਹੋ ਗਏ ਕਿ ਵਿਚਾਰਿਆਂ ਨੂੰ ਆਪਣੀ ਹੀ ਸਰਕਾਰ ਦੀ ਪੁਲਿਸ ਤੋਂ ਡਾਂਗਾ ਖਾਣ ਤੋਂ ਬਾਅਦ ਉਸ ਪੁਲਿਸ ਨੂੰ ਮੁਰਦਾਬਾਦ ਕਹਿਣ ਨੂੰ ਮਜਬੂਰ ਹੋਣਾ ਪਿਆ, ਜਿਸ ਪੁਲਿਸ ਦੇ ਗ੍ਰਹਿ ਵਿਭਾਗ ਦਾ ਚਾਰਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਇਹ ਨੌਬਤ ਤਾਂ ਆਈ ਕਿਉਂਕਿ ਇਸ ਦੌਰਾਨ ਇੱਕ ਧੜੇ ਨੇ ਦੂਜੇ ਧੜੇ 'ਤੇ ਜਾਅਲੀ ਵੋਟਾਂ ਪਾਏ ਜਾਣ ਦਾ ਇਲਜ਼ਾਮ ਲਗਾ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਦੂਜੇ ਧੜੇ ਵੱਲੋਂ ਗੋਲੀ ਚਲਾਉਣ ਦੀ ਗੱਲ ਉਡਾ ਦਿੱਤੀ ਗਈ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਕਿਵੇਂ ਧੋਈ ਫਿਰਦੀ ਹੈ ਇੱਕ ਮਹਿਲਾ ਕਾਂਗਰਸ ਦੇ ਮੁੰਡੇ ਗੁਰਪ੍ਰੀਤ ਗੋਗੀ ਨੂੰ, ਜਿਸਦਾ ਕਹਿਣਾ ਹੈ ਕਿ ਉਹਨਾਂ ਦੇ ਵਿਰੋਧੀ ਨਾ ਸਿਰਫ ਜਾਅਲੀ ਵੋਟਾਂ ਪਾ ਕੇ ਬਲਕਿ ਉਹਨਾਂ ਨੇ 5 ਰਾਊਂਡ ਫਾਇਰ ਕਰਕੇ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਦੂਜੇ ਧੜੇ ਦੇ ਯੂਥ ਕਾਂਗਰਸੀਆਂ ਨੇ ਸਾਫ਼ ਇਨਕਾਰ ਕਰ ਦਿੱਤਾ। ਜੇ ਮਾਹੌਲ ਖਰਾਬ ਕਰੋਗੇ ਤੇ ਅਸੀਂ ਖੜੇ ਆਂ ਫਿਰ ਮੇਰੇ ਵੋਟ ਵਾਲੇ ਯਾਰ ਓਕੇ ਵੋਟ ਪਾਇਓ ਜਾਂਦੇ ਸੋਚ ਕੇ ਜਾਇਓ ਗੁੰਡਾਗਰਦੀ ਕਰਦੀ ਹੈ ਕਿ ਨਹੀਂ ਨਹੀਂ ਆ ਨਾ ਡਰਾਇਓ ਨਾ ਜੀ ਡਰਾਓ ਲੋਕਾਂ ਦਾ ਥੱਲੇ ਗਾਇਆ ਡਰਾਓ ਨਾ ਵੋਟਾਂ ਨਾਲ ਡਰਾਓ ਵੋਟਾਂ ਨਾਲ ਡਰਾਓ ਜੇ ਜਿਹਨੇ ਵੋਟ ਪਾਣੀ ਉਹ ਜਾਇਓ ਜਾਂਦੇ ਡਰਾਓ ਨਾ ਯਾਰ ਡਰਾਓ ਨਾ ਯਾਰ ਡਰਾਓ ਨਾ ਉਹਨਾਂ ਨਾਲ ਬਾਤ ਕਰੀ ਜਾਓ ਕੀ ਬਦਮਾਸ਼ੀ ਆ ਅਸੀਂ ਤੁਹਾਨੂੰ ਕਹਿੰਦੇ ਸਰ ਸਰ ਕਹਿਣਾ ਮੈਂ ਤੁਹਾਨੂੰ ਹਾਂ ਫਿਰ ਤੈਨੂੰ ਵੀ ਕਿਹਾ ਜਿਹਨੇ ਵੋਟ ਪਾਣੀ ਉਹ ਜਾਇਓ ਡਰਾਓ ਨਾ ਫਿਰ ਤੂੰ ਇਹ ਬਦਮਾਸ਼ੀ ਨਹੀਂ ਕਰਦਾ ਮੈਂ ਕਹਿੰਦਾ ਡਰਦਾ ਤੂੰ ਕਹਿੰਦਾ ਮੈਂ ਕਹਿੰਦਾ ਡਰਦਾ ਤੂੰ ਹਾਂ ਕੀ ਆ ਤੈਨੂੰ ਕੀ ਹੋਇਆ ਤੁਹਾਨੂੰ ਬੋਲ ਬੋਲ ਬਦਮਾਸ਼ੀ ਗੁੰਡਾ ਕਰਦੀ ਗੋਲੀਆਂ ਚੱਲ ਰਹੀਆਂ ਗੋਲੀ ਚਲਾਈ ਪੁਲਿਸ ਵਾਲੇ ਕੀ ਕਰ ਰਹੇ ਗੋਲੀ ਚਲਾਈ ਸੀ ਕੀ ਕੀਤਾ ਰਿਹਾ ਗਿਆ ਹਰ ਘਰ ਦੇ ਬਾਹਰ ਕੈਮਰਾ ਲੱਗਿਆ ਉਹਨਾਂ ਦੀ ਫੁਟੇਜ ਕਢਾ ਲਓ ਜੇ ਮੇਰੇ ਕੋਈ ਵੈਪਨ ਹੋਵੇ ਜਾਂ ਮੇਰੇ ਨਾਮ 'ਤੇ ਵੈਪਨ ਦਾ ਲਾਇਸੈਂਸ ਵੀ ਹੋਵੇ ਨਾਲੇ ਜਿਹੜੇ ਬੰਦੇ ਨੇ ਫਾਇਰਿੰਗ ਕੀਤੀ ਹੁੰਦੀ ਉਹ ਫਾਇਰਿੰਗ ਕਰਕੇ ਭੱਜਦਾ ਹੁੰਦਾ ਉਹ ਖੜ੍ਹਦਾ ਨਹੀਂ ਹੁੰਦਾ ਬਸ ਜੀ ਸਾਡੇ ਕੋਲ ਵੋਟ ਆ ਸਾਡੀ ਵੋਟ ਪੋਲ ਹੋ ਰਹੀ ਇਹਨਾਂ ਕੋਲ ਵੋਟ ਨਹੀਂ ਹੈ ਨਹੀਂ ਹੋ ਰਹੀ ਇਹਨਾਂ ਦੀ
ਸਰ ਜਾਲੀ ਵੋਟਾਂ ਤੋਂ ਅੰਦਰ ਦੱਸਣਗੇ ਨਾ, ਬਾਹਰ ਇਹ ਡਿਸਾਈਡ ਕਰਨ ਵਾਲੇ ਕੌਣ ਹੁੰਦੇ ਵੀ ਜਾਲੀ ਹੈ ਕਿ ਠੀਕ ਹੈ। ਇਹਨਾਂ ਨੇ ਬੰਦੇ ਕਾਲ ਕਰਕੇ ਬੁਲਾਏ ਆ, ਜਦੋਂ ਦੂਜੇ ਪਾਸਿਓਂ ਆਏ ਆ ਉਹਨਾਂ ਨੇ ਆਉਂਦੇ ਸਾਰ ਫਾਇਰ ਕੀਤੇ ਆ ਜਦੋਂ ਇਹਨਾਂ ਨੇ ਲੜਾਈ ਸ਼ੁਰੂ ਕੀਤੀ ਹੈ। ਇੱਥੇ ਕੁਝ ਕਾਂਗਰਸੀਆਂ ਨੇ ਜਾਲੀ ਵੋਟਾਂ ਪਾਏ ਜਾਣ ਦਾ ਦਾਅਵਾ ਕਰਦਿਆਂ ਪਲਵਿੰਦਰ ਲਾਪਰਾ ਨਾਂ ਦੇ ਇੱਕ ਉਮੀਦਵਾਰ ਦੇ ਕੁਝ ਫਾਰਮ ਦਿਖਾਏ, ਜਿਸ ਬਾਰੇ ਉਹਨਾਂ ਦਾਅਵਾ ਕੀਤਾ ਹੈ ਕਿ ਫਾਰਮ ਜਾਲੀ ਨੇ। ਵਾਕਿਆ ਐਸਾ ਹੋਇਆ ਕਿ ਪਰਮਿੰਦਰ ਲਾਪਰਾ, ਪੱਪਲ ਕਪੂਰ, ਮਨਰਾਜ ਟਕਰਾਲ ਔਰ ਉਸਕੇ ਸਾਥ ਔਰ ਇੱਕ ਕੇਸ਼ਵ ਯੂਸੂਤ ਥਾ, ਜੋ ਪੋਲਿੰਗ ਸਟੇਸ਼ਨ ਕੇ ਅੰਦਰ ਜਾਲੀ ਵੋਟ ਲੈ ਕੇ, ਜਾਲੀ ਫਾਰਮ ਲੈ ਕੇ ਅੰਦਰ ਧੱਕੇ ਸੇ ਪੋਲਿੰਗ ਕਰਾਨੇ ਕੀ ਕੋਸ਼ਿਸ਼ ਕਰ ਰਹੇ ਥੇ। ਇਸਮੇ ਹਮਾਰਾ ਇੱਕ ਵੋਟਰ ਅੰਦਰ ਗਿਆ, ਵੋ ਰੈਲੇਟਿਵ ਹੈ ਮੇਰਾ, ਵੋਟਰ ਜਬ ਅੰਦਰ ਗਿਆ ਤਾਂ ਉਸਨੇ ਦੇਖਾ ਕਿ ਜਾਲੀ ਵੋਟ ਕੀ ਇਹ ਲਿਸਟ ਲੈ ਕੇ ਪਕੜੇ ਕੇ ਬੈਠੇ ਹੋਏ ਹੈ। ਹਰ ਦਸ ਦਸ ਮਿੰਟ ਬਾਅਦ ਇੱਕ ਆਦਮੀ ਇਤਨੀ ਪਰਚੀਆਂ ਲੈ ਕੇ ਅੰਦਰ ਜਾ ਰਿਹਾ ਥਾ, ਤੋ ਜਬ ਇਸ ਕੋ ਰੋਕਾ ਤੋ ਕੇਸ਼ਵ ਸੂਦ ਨੇ ਮੇਰੇ ਭਾਂਜੇ ਪਰ ਛੁਰੀ ਸੇ ਵਾਰ ਕੀਆ। ਯਹਾਂ ਪਰ ਵੋ ਵੋਟਰ ਥਾ, ਉਸ ਪਰ ਛੁਰੀ ਸੇ ਵਾਰ ਕੀਆ, ਇਤਨੇ ਮੇਂ ਵੋ ਬਾਹਰ ਆ ਕੇ ਚੀਕਨੇ ਚਲਾਨੇ ਲਗਾ। ਜਬ ਹਮ ਭਾਗ ਕੇ ਉਧਰ ਗਏ ਤੋ ਉਹਨੇ ਕਿਆ ਕੀਆ ਕਿ ਹਮਾਰੇ ਉੱਪਰ ਅਟੈਕ ਕਰ ਦਿਆ, ਉਤਨੇ ਮੇਂ ਪੁਲਿਸ ਆ ਕੇ ਉਸਨੇ ਹਮੇ ਬਚਾਇਆ। ਅਗਰ ACP ਜਤਿੰਦਰ ਜੀ ਨਾ ਤੇ ਜਾਂ ਆਪਣੇ ਸਰੋਇਆ ਸਾਹਿਬ ਨਾ ਤੇ ਤੋ ਸ਼ਾਇਦ ਹਮੇ ਸੇ ਇੱਕ ਆਦਮੀ ਮਰ ਜਾਤਾ। ਪਾਂਚ ਗੋਲੀਆਂ ਚਲੀਆਂ ਜੀ, ਲਗੀ ਕੋਈ ਨਹੀਂ ਹੈ ਹਮਾਰੇ। ਅਗਰ ਪੁਲਿਸ ਬੀਚ ਮੇਂ ਨਾ ਹੋਤੀ ਤੋ ਸ਼ਾਇਦ ਹਮਾਰੇ ਕੋ ਸੀਧੀ ਫਾਇਰਿੰਗ ਮਨਰਾਜ ਠੁਕਰਾਲ ਨੇ ਕੀ ਹੈ ਜੀ। ਨਹੀਂ, ਮਨਰਾਜ ਠੁਕਰਾਲ ਜੋ ਹੈ ਕਿ ਉਹ ਅਕਾਲੀ ਦਲ ਔਰ ਬੈਂਸ ਟੀਮ ਕੇ ਉਹ ਪਹਿਲੇ ਤੇ ਰਹੇ ਹੈ, ਕਭੀ ਕਾਲ ਅਭੀ ਅਭੀ ਵੋ ਕਾਂਗਰਸ ਮੇਂ ਆਏ ਹੈ, ਸਿਰਫ ਨਵੀਂ ਜੁਆਇਨ ਨਹੀਂ ਜੁਆਇਨ ਕੀ ਹੈ, ਕਿਉਂਕਿ ਉਸਕੇ ਉੱਪਰ FIR ਆਲਰੇਡੀ ਪਹਿਲੇ ਹੋ ਚੁੱਕੀ ਸੀ ਮੇਰੀ ਤਰਫ ਸੇ, ਤੋ ਉਸਨੇ ਆਪਣੀ FIR ਖਤਮ ਕਰਵਾਨੇ ਕੇ ਖਾਤਰ ਕਾਂਗਰਸ ਜੁਆਇਨ ਕੀ ਕਿ ਮੈਂ ਬਚ ਜਾਊਂਗਾ, ਜਬਕਿ ਮੈਂ ਉਸ ਵੋ FIR ਮੈਨੇ ਹਾਈ ਕੋਰਟ ਮੇਂ ਰਿਟ ਡਾਲ ਦਿੱਤੀ। ਰੰਜਿਸ਼ ਮੇਂ ਕਿਆ ਵੋਟਰਸ ਹੈ, ਵੋਟਰਸ ਕੋ ਰੋਕ ਰਹੇ ਹੈ, ਵੋਟ ਪੜਨੇ ਨਹੀਂ ਦੇ ਰਹੇ ਥੇ ਹਮਾਰੀ। ਹਮਾਰੇ ਵੋਟਰ ਜਾਤੇ ਥੇ ਯਹਾਂ ਪੇ 50-50 100-100 ਲੜਕਾ ਲੈ ਕੇ ਆਤੇ ਥੇ, ਹਮੇ ਧਮਕਾਤੇ ਥੇ, ਇਸ ਦੌਰਾਨ ਉਹ ਇਲਾਕਾ ਦੇਖਦੇ ਹੀ ਦੇਖਦਿਆਂ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ, ਜਿੱਥੇ ਸਾਰੀ ਚੋਣ ਪ੍ਰਕਿਰਿਆ ਚੱਲ ਰਹੀ ਸੀ। ਇਸ ਸੰਬੰਧ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਹਿਲਾਂ ਤਾਂ ਕਿਸੇ ਫਾਇਰਿੰਗ ਹੋਣ ਦੀ ਗੱਲ ਤੋਂ ਕਿਨਾਰਾ ਕਰ ਲਿਆ ਅਤੇ ਬਾਅਦ 'ਚ ਕਿਹਾ ਕਿ ਜੇਕਰ ਕਿਸੇ ਨੇ ਅਜਿਹੀ ਹਰਕਤ ਕੀਤੀ ਹੈ ਤਾਂ ਉਹਨਾਂ ਦੇ ਕੈਮਰਿਆਂ 'ਚ ਕੈਦ ਹੋ ਗਈ ਹੋਏਗੀ ਅਤੇ ਸ਼ਰਾਰਤੀ ਅਨਸਰ ਨੂੰ ਜਲਦੀ ਫੜ ਲਿਆ ਜਾਏਗਾ। ਮਾਮਲਾ ਇਹ ਹੈ ਜੀ ਕਿ ਦੋ ਜਿਵੇਂ ਕਾਂਗਰਸ ਦੇ ਯੂਥ ਦੇ ਔਰਗਨਾਈਜੇਸ਼ਨਲ ਇਲੈਕਸ਼ਨ ਹੈਗੇ ਅੱਜ, ਤੋ ਇਹ 'ਚ ਨੈਚੁਰਲੀ ਹੁੰਦਾ ਦੋ ਗਰੁੱਪਸ ਤਾਂ ਹੁੰਦੇ ਹੀ ਆ, ਦੋ ਕੈਂਡੀਡੇਟਸ ਹੈਗੇ ਆ, ਤੋ ਉਹਨਾਂ ਦੇ ਸਪੋਰਟਰ ਆਪਸ 'ਚ ਪੋਲਿੰਗ ਬੂਥ ਤੋਂ 200 ਮੀਟਰ 'ਤੇ ਜਿੱਥੇ ਇਹਨਾਂ ਦੇ ਸਟਾ ਉਹ ਲੱਗੇ ਹੋਏ ਆ, ਟੈਂਟ ਲੱਗੇ ਹੋਏ ਆ ਸਪੋਰਟਰਸ ਦੇ, ਉੱਥੇ ਆ ਕੇ ਇਹਨਾਂ ਦੀ ਆਪਸ 'ਚ ਕੋਈ ਤਲਖੀਬਾਜ਼ੀ ਹੋਈ ਆ। ਤਲਖੀਬਾਜ਼ੀ 'ਚ ਜਦੋਂ ਫੋਰਸ ਨੇ ਆ ਕੇ ਇਹਨਾਂ ਨੂੰ ਭਜਾਇਆ ਤਾਂ ਉਦੋਂ ਅਲੈਜਡ ਟੂ ਬੀ, ਜਿਹੜਾ ਕਿ ਹਜੇ ਵੈਰੀਫਾਈ ਨਹੀਂ ਹੋਇਆ, ਕਿ ਕੋਈ 2-3 ਸ਼ੋਟਸ ਫਾਇਰ ਹੋਏ ਹੈ, ਲੇਕਿਨ ਉਹ ਵੈਰੀਫਿਕੇਸ਼ਨ ਅਜੇ ਤੱਕ ਕਿਤੇ ਵੀ, ਜਿਹੜਾ ਸਾਡਾ ਵੀਡੀਓਗ੍ਰਾਫਰ ਵੀ ਹੈ ਆਫਿਸ਼ੀਅਲ, ਉਹਦੇ 'ਤੇ ਵੀ ਦੇਖਿਆ ਗਿਆ। ਦੇਖੋ ਅਗਰ ਦੇਸੀ ਕੱਟਾ ਹੈਗਾ ਤਾਂ ਉਹਦਾ ਖੋਲ, ਜੇ 3 ਫਾਇਰ ਹੁੰਦੇ ਹੈ ਤਾਂ ਦੇਸੀ ਕੱਟੇ 'ਚ ਇੱਕ ਹੀ ਚਲੇ ਜਾਂਦਾ ਜੀ। ਗੁੰਡਾਗਰਦੀ, ਫਾਇਰਿੰਗ, ਜਾਲੀ ਵੋਟਾਂ 'ਤੇ ਪੁਲਿਸ ਦਾ ਲਾਠੀਚਾਰਜ, ਇਹ ਸਾਰੀਆਂ ਉਹ ਤਸਵੀਰਾਂ ਨੇ ਜਿਹੜੀਆਂ ਆਮ ਚੋਣਾਂ 'ਚ ਦੇਖਣ ਨੂੰ ਮਿਲਦੀਆਂ ਨੇ। ਪਰ ਦੱਸ ਦਈਏ ਕਿ ਇੱਥੇ ਤਾਂ ਉਹਨਾਂ ਲੋਕਾਂ ਦੀ ਚੋਣ ਹੋ ਰਹੀ ਹੈ ਜਿਹੜੇ ਪੰਜਾਬ ਦੀ ਸੱਤਾ 'ਤੇ ਕਾਬਜ਼ ਨੇ ਅਤੇ ਜਿਨ੍ਹਾਂ ਦੇ ਮੋਢਿਆਂ 'ਤੇ ਸੂਬੇ ਦੀ ਜਨਤਾ ਨੂੰ ਗੁੱਡ ਗਵਰਨੈਂਸ ਯਾਨੀ ਚੰਗਾ ਪ੍ਰਸ਼ਾਸਨ ਦੇਣ ਦੀ ਜ਼ਿੰਮੇਵਾਰੀ ਹੈ। ਕੀ ਜ਼ਿੰਮੇਵਾਰੀ ਹੈ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ। ਜਿੱਥੇ ਪੁਲਿਸ ਨੂੰ ਆਪਣੇ ਹੀ ਸੱਤਾਧਾਰੀ ਲੋਕਾਂ ਦੇ ਡਾਂਗ ਵਰਾਉਣੀ ਪਵੇ, ਉੱਥੇ ਆਮ ਜਨਤਾ ਅਤੇ ਵਿਰੋਧੀਆਂ ਦਾ ਤਾਂ ਫੇਰ ਰੱਬ ਹੀ ਰੱਖ ਹੈ। ਹਕੀਕਤ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।